ਉਹ ਫੋਨ ਕਰਕੇ ਜਦੋਂ ਉਹਨੇ ਲਾਈਵ ਹੋਇਆ ਸੀ, ਉਹਨੇ ਸਾਡੇ ਨਾਲ ਸਲਾਹ ਕਰਕੇ ਲਾਈਵ ਹੋਇਆ ਸੀ। ਅੱਜ ਉਹ ਕਕਾਰ ਜਿਹੜੇ ਨੇ ਉਹਨੇ ਤਿਆਗ ਤੇ ਨੇ ਤੇ ਉਹਦਾ ਵੀ ਭਾਂਡਾ ਸਾਡੇ ਸਿਰ ਭੰਨ ਰਿਹਾ। ਮੋਦੀ ਨੂੰ ਪੁੱਛੀ ਅਵਤਾਰ ਸਿੰਘ ਖੰਡਾ ਕੌਣ ਹੈ, ਅਜੀਤ ਡਵਾਲ ਨੂੰ ਪੁੱਛੀ ਅਵਤਾਰ ਸਿੰਘ ਖੰਡਾ ਕੌਣ ਹੈ, ਪੰਜਾਬ ਦੇ ਮੰਤਰੀਆਂ ਸੰਤਰੀਆਂ ਨੂੰ ਪੁੱਛੀ ਅਵਤਾਰ ਸਿੰਘ ਖੰਡਾ ਕੌਣ ਹੈ। ਹੋ ਸਕਦਾ ਤੈਨੂੰ ਨਾ ਜਾਣਦੇ ਹੋਣ ਮੋਦੀ ਹੁਣੀ, ਜਿਹੜੀ ਤੂੰ ਕੀਤਾ ਉਹ ਤੇਰਾ ਆਪਦਾ ਪਰਸਨਲ ਚੋਇਸ ਹੈ ਤੇ ਕਿਸੇ ਹੋਰ ਸਿਰ ਭਾਂਡਾ ਭੰਨਣ ਦੀ ਉਹਦੀ ਬਾਈ ਲੋੜ ਨਹੀਂ। ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਆਪਣੇ ਬੋਲਾਂ ਨੂੰ ਲੈ ਕੇ ਚਾਰੇ ਪਾਸੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਸ ਦੀ ਹਿਮਾਇਤ 'ਚ ਪੰਜਾਬੀ ਗਾਇਕ ਕੇਐਸ ਮੱਖਣ ਬੋਲਿਆ। ਬਸ ਫਿਰ ਕੀ ਸੀ, ਇਸ ਵਿਵਾਦ ਨੇ ਹੋਰ ਵੀ ਧੂਲ ਫੜ ਲਈ। ਜਿੱਥੇ ਗੁਰਦਾਸ ਮਾਨ ਦਾ ਵਿਰੋਧ ਹੋ ਰਿਹਾ ਸੀ, ਫਿਰ ਕੇਐਸ ਮੱਖਣ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਤੇ ਵਿਵਾਦ ਇੰਨਾ ਵੱਧ ਗਿਆ ਕਿ ਕੇਐਸ ਮੱਖਣ ਨੇ ਆਪਣੇ ਕਕਾਰ ਸਾਹਿਬ ਤਿਆਗ ਦਿੱਤੇ, ਜਿਸ ਦਾ ਸਿੱਖਾਂ 'ਚ ਭਾਰੀ ਰੋਸ ਪਾਇਆ ਗਿਆ। ਜਿਸ ਸਿੰਘ ਦਾ ਕੇਐਸ ਮੱਖਣ ਨੇ ਨਾਮ ਲਿਆ ਸੀ, ਉਸ ਨੇ ਵੀਡੀਓ ਜਾਰੀ ਕਰਕੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ। ਕੇਐਸ ਮੱਖਣ ਉਹਨਾਂ ਵੱਲੋਂ ਜੋ ਕੀਤਾ ਗਿਆ ਆਪਾਂ ਸਾਰਿਆਂ ਨੇ ਦੇਖਿਆ ਹੀ ਹੋਣਾ ਤੁਸੀਂ ਵੀ, ਤੇ ਉਹ ਤਾਂ ਚਲੋ ਗੱਲ ਜਿਹੜੀ ਹੈ ਮੰਦਭਾਗੀ ਹੈ। ਇਸ ਤਰ੍ਹਾਂ ਕਕਾਰਾਂ ਨੂੰ ਤਿਆਗਣਾ ਤੇ ਉਸ ਨੂੰ ਇੱਕ ਹੋਰ ਰੰਗਤ ਦੇਣਾ, ਕਿਉਂਕਿ ਮੈਨੂੰ ਕਈ ਦੋਸਤਾਂ ਮਿੱਤਰਾਂ ਦੇ ਸਵੇਰ ਦੇ ਮੈਸੇਜ ਆ ਰਹੇ ਸੀ, ਮੈਂ ਵੀਡੀਓ ਵੀ ਵੇਖੀ ਸੀ, ਹਰੇਕ ਚੈਨਲ ਦੇ ਉੱਤੇ ਖਾਸ ਤੌਰ 'ਤੇ ਮੇਰਾ ਅਤੇ ਇੱਕ ਹੋਰ ਬਾਈ ਜੀ ਹੋਣੀ ਨੇ ਗੰਭੀਰ, ਜਿਨ੍ਹਾਂ ਦਾ ਸਰਨੇਮ ਲੈ ਰਿਹਾ, ਉਹਨਾਂ ਦੋਹਾਂ ਉਹਨਾਂ ਨੂੰ ਤੇ ਮੈਨੂੰ ਖਾਸ ਤੌਰ 'ਤੇ ਟਾਰਗੇਟ ਕਰ ਰਿਹਾ ਸੀ। ਹਰੇਕ ਚੈਨਲ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ, ਜਿੱਥੇ ਜਿੱਥੇ ਵੀ ਉਹ ਬੋਲਿਆ, ਖਾਸ ਤੌਰ 'ਤੇ ਪਹਿਲੀ ਗੱਲ ਤਾਂ ਜਿਹੜੇ ਕਕਾਰ ਤਿਆਗਣੇ ਨੇ ਉਹ ਬਿਲਕੁਲ ਮੰਦਭਾਗੇ ਨੇ। ਹਾਲਾਂਕਿ ਅੱਜ ਵਿਕਟਮ ਬਣਨ ਦੀ ਕੋਸ਼ਿਸ਼ ਕਰ ਰਿਹਾ ਕੇਐਸ ਮੱਖਣ, ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਹੋਣੀ ਆ, ਉਹਨੇ ਕਈ ਮੋਢੇ 'ਤੇ ਰੱਖੀ ਸੀ, ਮੈਂ ਕਈ ਮਾਰੂੰ ਮੇਰੇ ਕੋਠੇ 'ਤੇ 200 ਇੱਟਾਂ ਰੱਖੀਆਂ, ਚੈਲੰਜ ਕਰਦਾ ਸੀ ਕਿ ਮੈਂ ਜੇ ਗੁਰਦਾਸ ਮਾਨ ਦੀ ਜਗ੍ਹਾ 'ਤੇ ਹੁੰਦਾ ਤਾਂ ਗਾਲਾਂ ਕੱਢਣੀਆਂ ਸੀ। ਮੈਂ ਸਿਰਫ ਉਹਨੂੰ ਉਹ ਚੇਤੇ ਕਰਾਇਆ ਸੀ ਬਈ ਉਸ ਵੇਲੇ ਕੀ ਹੋਇਆ ਸੀ, ਅਤੇ ਮੈਂ ਉਹ ਵੀਡੀਓ ਹਾਲੇ ਵੀ ਪਈ ਹੈ, ਕਈ ਚੈਨਲਾਂ ਨੇ ਆਪਣੇ ਜਿਹੜੇ ਨਿਊਜ਼ ਚੈਨਲਸ ਨੇ ਉਹਨਾਂ ਦੇ ਫੇਸਬੁੱਕ ਪੇਜਾਂ 'ਤੇ, ਯੂਟਿਊਬ 'ਤੇ ਪਈ ਹੈ। ਮੈਂ ਉਸ 6-7 ਮਿੰਟ ਦੀ ਵੀਡੀਓ 'ਚ ਇਹਨੂੰ ਇੱਕ ਵੀ ਜਗ੍ਹਾ ਕੇਐਸ ਮੱਖਣ ਨੂੰ ਭੇਖੀ ਨਹੀਂ ਕਿਹਾ, ਕੇਐਸ ਮੱਖਣ ਨੂੰ ਕੰਜਰ ਨਹੀਂ ਕਿਹਾ, ਏਜੰਸੀਆਂ ਦਾ ਬੰਦਾ ਨਹੀਂ ਕਿਹਾ, ਮੰਦਾ ਸ਼ਬਦ ਮੈਂ ਇਹਨੂੰ ਕਿਤੇ ਨਹੀਂ ਬੋਲਿਆ ਜੋ ਐਵੇਂ ਬੇਬੁਨਿਆਦ ਇਲਜ਼ਾਮ ਲਾ ਰਿਹਾ ਹੈਗਾ। ਅਤੇ ਦੂਸਰੀ ਇੱਕ ਹੋਰ ਗੱਲ, ਜਿਹੜੇ ਦੂਜੇ ਭਾਈ ਸਾਹਿਬ ਉਹਨਾਂ ਦਾ ਨਾਂ ਲਿਆ ਰਿਹਾ, ਬਾਈ ਜੀ ਉਹਨਾਂ ਦਾ, ਅੱਜ ਤੱਕ ਹਾਲਾਂਕਿ ਫੋਨ 'ਤੇ ਜਾਂ ਉੱਦਾਂ ਗੱਲ ਹੋਣ ਦਾ ਬਹੁਤ ਦੂਰ ਦੀ ਗੱਲ, ਅਸੀਂ ਫੇਸਬੁੱਕ 'ਤੇ ਵੀ ਮੈਂ ਉਹਨਾਂ ਨਾਲ ਅਟੈਚ ਹੈ ਨਹੀਂ, ਜਿਹੜੇ ਕਹਿ ਰਿਹਾ ਕਿ ਸਾਰੀ ਟੀਮ ਇਕੱਠੀ ਹੈ, ਅਤੇ ਨਾ ਹੀ ਫੇਸਬੁੱਕ ਦੇ ਉੱਤੇ ਕਦੇ ਸਾਡੀ ਕਮੈਂਟਾਂ ਦੇ ਵਿੱਚ ਵੀ ਨਹੀਂ ਗੱਲ ਹੋਈ ਗਈ ਹੈਗੀ, ਹੈ ਨਾ। ਅਤੇ ਇਹ ਵੀ ਦੂਜੀ ਉਹਦੇ ਵੱਲੋਂ ਜਾਣ ਕੇ ਝੂਠ ਫੜਾਇਆ ਜਾ। ਤੀਸਰਾ ਜਿਹੜਾ ਬੜੀ ਚਲਾਕੀ ਦੇ ਨਾਲ ਇਸ ਨੂੰ ਹਿੰਦੂ ਅਤੇ ਸਿੱਖ ਦਾ ਮਸਲਾ ਬਣਾਉਣ ਦੀ ਵਾਰ ਵਾਰ ਗੱਲ ਕਹਿ ਰਿਹਾ ਕਿ ਮੈਂ ਭੇਟਾਂ ਕੀਤੀਆਂ, ਮੈਂ ਇਹ ਕੀਤੀਆਂ, ਜਦੋਂ ਭੇਟਾਂ ਦਾ ਰੌਲਾ ਪਿਆ ਸੀ ਇਹਨੇ ਭੇਟਾਂ ਵਾਲੀ ਗਾਈ ਸੀ। ਮੈਂ ਆਪਦੀ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਕਿ ਸਾਡੇ ਸਟੂਡੀਓ ਆਇਆ ਸੀ, ਅਸੀਂ ਗੱਲਬਾਤ ਕੀਤੀ ਮੈਂ ਅਤੇ ਕੇਐਸ ਮੱਖਣ ਉਹਨਾਂ ਨੇ, ਮੈਂ ਬੜੇ ਉਹਨੂੰ ਸਲੀਕੇ ਦੇ ਨਾਲ ਉਹ ਭਾਜੀ ਭਾਜੀ ਕਹਿ ਕੇ ਉਹਦੇ ਵਿੱਚ ਮੈਂ ਦੱਸਿਆ ਵੀ ਕੇਐਸ ਮੱਖਣ ਬਾਈ ਹੋਣੀ ਆਏ ਸੀ ਇੱਦਾਂ। ਉਹਦੇ ਵਿੱਚ ਮੈਂ ਤਾਂ ਆਪ ਦੱਸ ਚੁੱਕਿਆ ਕਿ ਮੈਂ ਆਪ ਇਹ ਕਿਹਾ ਸੀ ਕਿ ਸਾਡੇ ਸਿੰਘ ਤੱਤੇ ਚੱਲ ਜਾਂਦੇ, ਅਤੇ ਉਸ ਸ਼ਬਦ ਨੂੰ ਇਹਨੇ ਕਹਿਤਾ ਕਿ ਵੀ ਖੰਡਾ ਕਹਿੰਦਾ ਕਿ ਸਿੰਘ ਤਾਂ ਕਮਲੇ ਨੇ, ਮੈਂ ਤਾਂ ਆਪ ਸਿੰਘ ਹਾਂ, ਮੈਂ ਕਿਉਂ ਕਮਲੇ ਕਹੂੰਗਾ, ਨਾਲੇ ਜਿਹੜੇ ਸਾਡੇ ਵੀਰ ਉੱਥੇ ਗਏ ਸੀ ਇਹਦੇ ਨਾਲ ਗੱਲਬਾਤ ਕਰਨ, ਹੋ ਸਕਦਾ ਇਹਨੂੰ ਨਾ ਪਤਾ ਹੋਵੇ, ਉਹਨਾਂ ਕੋਲੋਂ ਖੁਦ ਪਤਾ ਕਰ ਲਵੇ ਅਸੀਂ ਅਤੇ ਉਹਨਾਂ ਸਾਡਾ ਸਾਰਿਆਂ ਦਾ ਕੀ ਰਿਸ਼ਤਾ ਕੀ ਨਹੀਂ ਹੈਗਾ। ਇਹ ਬੇਬੁਨਿਆਦੀ ਗੱਲ ਹੈ ਕਿ ਵੀ ਉਹਨਾਂ ਨੂੰ ਕਹਿੰਦਾ ਕਮਲੇ, ਮੈਂ ਇਹ ਕਿਹਾ ਵੀ ਸਾਡੇ ਸਿੰਘ ਤੱਤੇ ਚੱਲ ਜਾਂਦੇ, ਕਿਉਂਕਿ ਮੈਂ ਉਦੋਂ ਕਿਹਾ ਸੀ, ਮੈਂ ਕਿਹਾ ਕੋਈ ਗੱਲ ਨਹੀਂ ਵੀ ਕੇਐਸ ਮੱਖਣ ਉਹਨੇ ਯਾਰ ਭੇਟਾਂ ਹੀ ਗਾਈਆਂ, ਰੱਬ ਦਾ ਨਾਂ ਲਿਆ, ਕਿਸੇ ਧਰਮ ਦੇ ਨਾਂ ਦਾ ਲੈ ਲਿਆ। ਮੈਂ ਹਮੇਸ਼ਾ ਕੇਐਸ ਮੱਖਣ ਦੀ ਸਪੋਰਟ ਹੀ ਕੀਤੀ ਹੈ, ਇਹਨੇ ਕਈ ਗਲਤ ਕੰਮ ਵੀ ਕੀਤੇ ਨੇ ਜੋ ਇਹ ਤੋਂ ਗਲਤੀਆਂ ਹੋਈਆਂ, ਆਪਾਂ ਫਿਰ ਵੀ ਸਪੋਰਟ ਕੀਤੀ ਵੀ ਕੋਈ ਨਹੀਂ, ਬੰਦਾ ਆ ਰਿਹਾ ਨਵਾਂ ਸਿੱਖ ਰਿਹਾ। ਦੇਖੋ ਮੈਂ ਤੁਹਾਨੂੰ ਇੱਕ ਇਹਦੀ, ਜਿੱਦਣ ਉਸ ਇਹਨੇ ਮਾਫ਼ੀ ਮੰਗੀ ਸੀ, ਉਸ ਤੋਂ ਅਗਲੇ ਦਿਨ 1 ਜੁਲਾਈ 2018 ਦੀ ਗੱਲ ਹੈ, ਅਤੇ ਮੈਂ ਉਹਦੀ ਆ ਤੁਹਾਨੂੰ ਸਨੈਪਸ਼ੋਟ ਦਿਖਾ ਰਿਹਾ ਪੜ੍ਹੇ ਉੱਤੇ। ਮੈਂ ਉਦਣ ਵੀ ਇਹਦੀ ਸਪੋਰਟ ਕੀਤੀ ਸੀ ਜਦੋਂ ਸਾਰਾ ਸੋਸ਼ਲ ਮੀਡੀਆ ਸਾਰੇ ਲੋਕ ਇਹਦੇ ਵਿਰੋਧ ਸੀ ਭੇਟਾਂ ਗਾਉਣ 'ਚ, ਮੈਂ ਉਸ ਦਿਨ ਵੀ ਇਹਦੀ ਹਮਾਇਤ ਕੀਤੀ ਸੀ, ਅਤੇ ਮੈਂ ਫੇਸਬੁੱਕ ਦੇ ਉੱਤੇ ਪੋਸਟ ਪਾ ਕੇ ਲਿਖਿਆ ਸੀ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਆਉਣ ਵਾਲੇ ਸਮੇਂ ਵਿੱਚ ਚੜ੍ਹਦੀ ਕਲਾ 'ਚ ਰਹੋ ਸਰਦਾਰ ਕੇਐਸ ਮੱਖਣ। ਆਹ ਸਨੈਪਸ਼ੋਟ ਦੇਖ ਲਓ ਤੁਸੀਂ, ਆ ਡੇਟ ਉੱਤੇ ਪੜ੍ਹ ਲਓ, 1 ਜੁਲਾਈ 2018 9:15 UK ਦਾ ਸਮੇਂ ਸੀ ਜਦੋਂ ਮੈਂ ਪੋਸਟ ਪਾਈ। ਆਹ ਦੇਖੋ ਮੇਰੀ, ਆਹਦਾ ਮੈਂ ਸਨੈਪਸ਼ੋਟ ਦਿਖਾ ਰਿਹਾ, ਆਹ ਉੱਤੇ ਲਿਖਿਆ ਹੋਇਆ, ਆਹ ਉਹ ਵੀਡੀਓ ਆ ਜਦੋਂ ਮੈਂ ਪੋਸਟ ਕੀਤੀ। ਉਸ ਦਿਨ ਵੀ ਆਪਾਂ ਇਹਦੀ ਹਮਾਇਤ ਕੀਤੀ ਸੀ ਬਈ ਨਹੀਂ,
ਪਰ ਹੁਣ ਵੀ ਇਹਨੇ ਜਦੋਂ ਵੀਡੀਓ ਦੇ ਵਿੱਚ ਗੁਰਦਾਸ ਮਾਨ ਦਾ ਪੱਖ ਪੂਰ ਰਿਹਾ, ਉਹਦੀ ਗਲਤੀ ਨੂੰ ਇਹ ਸਹੀ ਕਹਿ ਰਿਹਾ ਅਤੇ ਉੱਤੋਂ ਇਹ ਧਮਕੀਆਂ ਦੇ ਰਿਹਾ, ਇਹਨੇ ਉਹਦੇ ਵਿੱਚ ਗਰਮ ਖਿਆਲੀ ਨਰਮ ਖਿਆਲੀ ਪਤਾ ਨਹੀਂ ਕੀ ਬੋਲਿਆ, ਸਾਰੇ ਉਹ ਵੀਡੀਓ ਦਾ ਸਿੱਟਾ ਕੱਢ ਸਕਦੇ ਨੇ, ਸਿੱਖਾਂ ਨੂੰ ਚੈਲੇਂਜ ਕਰਕੇ ਕਹੀ ਸੀ। ਆਪਾਂ ਉਸ ਵੀਡੀਓ ਦਾ ਜਵਾਬ ਦਿੱਤਾ, ਹਾਲਾਂਕਿ ਇਹਨੂੰ ਕੋਈ ਮੰਦਾ ਚੰਗਾ ਨਹੀਂ ਕਿਹਾ, ਕੁਛ ਨਹੀਂ ਕਿਹਾ, ਅਤੇ ਅੱਜ ਵੀਡੀਓ ਦੇ ਵਿੱਚ ਬੈਠਾ ਹਰੇਕ ਚੈਨਲ ਦੇ ਉੱਤੇ ਕਹਿ ਰਿਹਾ ਕਿ ਜੀ ਮੈਨੂੰ ਭੰਡਿਆ, ਮੈਨੂੰ ਇਹ ਭੰਡਿਆ, ਮੇਰੀ ਇੱਕ ਵੀ ਦਿਖਾਓ ਬਈ ਕਿੱਥੇ ਮੈਂ ਇਹਨੂੰ ਕਿਹਾ। ਮੈਂ ਤਾਂ ਇਹਨੂੰ ਕੰਜਰ ਕਦੇ ਕਿਹਾ ਹੀ ਨਹੀਂ, ਮੈਂ ਤਾਂ ਆਪ ਕਹਿ ਰਿਹਾ ਕਿ ਵੀ ਸਾਡਾ ਮੀਡੀਆ 'ਚ ਹੁਣ ਉੱਠਣਾ ਬੈਠਣਾ ਕਰਕੇ ਮੇਰੇ ਯਾਰ ਦੋਸਤ ਨੇ, ਸੱਜਣ ਮਿੱਤਰ ਨੇ, ਗਾਉਣ ਵਾਲੇ ਜਿੰਨੇ ਦੋਸਤ ਨੇ ਬਹਿੰਦੇ ਉੱਠਦੇ ਨੇ, ਹਮੇਸ਼ਾ ਉਹਨਾਂ ਤੱਕ ਕਈ ਵਾਰ ਕਈ ਗੱਲਾਂ ਉਹਨਾਂ ਨੂੰ ਕਹੀ ਦੀਆਂ, ਘਵਾਈ ਦੀਆਂ ਵੀ ਨੇ, ਅਤੇ ਉਹਨਾਂ ਨੂੰ ਜਦੋਂ ਕੋਈ ਆਪਾਂ ਕਹਿ ਦਈਏ ਵੀ ਆਹ ਕੰਮ ਕਰੋ, ਉਹ ਕਰਦੇ ਵੀ ਨੇ, ਜਿੰਨੇ ਕੁ ਯੋਗੇ ਹੁੰਦੇ ਨੇ ਉਹ ਕਰਦੇ ਵੀ ਨੇ। ਸੋ ਇਸ ਮੈਂ ਮਸਲੇ ਦੇ ਵਿੱਚ ਪਿਆ ਹੀ ਨਹੀਂ, ਕਈ ਲੋਕ ਸਾਨੂੰ ਵੀ ਕਹਿੰਦੇ ਨੇ, ਪਰ ਹੁਣ ਇੱਥੇ ਕੇ ਐਸ ਮੱਖਣ ਵੱਲੋਂ ਜਿਹੜੇ ਬਿਆਨ, ਜਿਹੜੀ ਬਿਆਨਬਾਜ਼ੀ ਕੀਤੀ ਗਈ ਬਿਲਕੁਲ ਬੇਬੁਨਿਆਦ ਅਤੇ ਝੂਠੀ ਹੈ, ਤੁਸੀਂ ਉਹ ਦੁਬਾਰਾ ਵੀਡੀਓ ਵੀ ਸੁਣ ਸਕਦੇ ਹਾਂ। ਅਤੇ ਬਹੁਤ ਸਾਰੇ ਇਹੋ ਜਿਹੇ ਬੰਦੇ ਉਦੋਂ ਵੀ ਸਾਡੇ ਨਾਲ ਜਿਹੜੇ ਸਪੋਰਟਰ ਨੇ, ਉਹ ਖਾਸ ਤੌਰ 'ਤੇ ਇੱਕ ਵਰਗ ਜਿਨ੍ਹਾਂ ਨੂੰ ਆਪਣੇ ਨਾਲ ਹੁਣ ਕਹਿ ਸਕਦੇ ਸਿੰਪਥੀ ਲੈਣ ਲਈ, ਜਿਹਦੇ 'ਚ ਵਾਰ ਵਾਰ ਉਹ ਵਰਡ ਯੂਜ਼ ਕਰ ਲਿਆ ਹਿੰਦੂ ਹਿੰਦੂ, ਅਸੀਂ ਕਦੋਂ ਰੋਕਿਆ? ਹਿੰਦੂਆਂ ਦੇ ਜਗਰਾਤੇ ਹੋ ਰਹੇ ਨੇ ਪੰਜਾਬ 'ਚ, ਕਦੋਂ ਸਿੱਖਾਂ ਨੇ ਰੋਕਿਆ? ਇੱਥੇ UK ਦੇ ਵਿੱਚ ਬਹੁਤ ਸਾਰੇ ਹਿੰਦੂ ਧਰਮ ਦੇ ਲੋਕ ਮਿਲਦੇ ਬੈਠਦੇ ਉੱਠਦੇ ਨੇ, ਸਾਡੇ ਕੋਲ ਸਟੂਡੀਓ ਆਉਂਦੇ ਨੇ, ਅਸੀਂ ਕਦੋਂ ਰੋਕਿਆ? ਅਸੀਂ ਤਾਂ ਹਰੇਕ ਆਵਾਜ਼ ਉਠਾਉਂਦੇ ਹਾਂ, ਜਦੋਂ ਅਸੀਫਾ ਨਾਂ ਦੀ ਬੱਚੀ ਦੇ ਨਾਲ ਰੇਪ ਹੋਇਆ ਉਦੋਂ ਵੀ ਅਸੀਂ ਆਵਾਜ਼ ਚੱਕੀ ਹੈ, ਕਸ਼ਮੀਰ ਵਾਲਿਆਂ ਨਾਲ ਰੇਪ ਹੋਇਆ ਉਦੋਂ ਵੀ ਆਵਾਜ਼ ਚੱਕੀ ਹੈ, ਉਹ ਕੋਈ ਬੰਦਾ ਹੋਵੇ ਦੁਨੀਆ ਦਾ ਜਿਹਦੇ ਨਾਲ ਧੱਕਾ ਹੋਵੇ, ਅਸੀਂ ਆਵਾਜ਼ ਚੱਕਦੇ ਹਾਂ, ਜਿੰਨੇ ਯੋਗੇ ਹਾਂ, ਭਲਾ ਸਿੱਖਾਂ ਦੀ ਗੱਲ ਹੋਵੇ, ਸਿੱਖਾਂ ਵੇਰੀ ਵੀ ਆਵਾਜ਼ ਚੱਕਦੇ ਆ, ਹਰੇਕ ਵੇਰੀ ਆਵਾਜ਼ ਚੱਕੀ ਦੀ ਆ ਅਤੇ ਚੱਕਦੇ ਰਹਾਂਗੇ। ਅਤੇ ਇਹ ਲੋਕ ਸਾਨੂੰ ਕਹਿ ਰਹੇ ਨੇ ਕਿ ਅਸੀਂ ਸਿੱਖੀ ਦਾ ਬੇੜਾ ਕਰਕ ਕਰ ਰਹੇ ਹਾਂ, ਮੈਂ ਕਦੇ ਵੀ ਅੱਜ ਤੱਕ ਇਹ ਗੱਲ ਦਾ ਕਲੇਮ ਨਹੀਂ ਕੀਤਾ ਲਾਈਵ ਕਿ ਹਾਂ ਜੀ ਹਾਂ ਸਾਡੇ ਟੱਬਰ ਨੇ ਆਹ ਕਰਤਾ ਜਾ ਇਹ ਕੀਤਾ ਨਹੀਂ ਮੈਂ, ਪਰ ਇਹ ਬੰਦੇ ਦੀ ਗੱਲ ਦਾ ਜਵਾਬ ਦੇਣ ਜਾ ਰਿਹਾ ਵੀ ਸਾਡੇ ਟੱਬਰ ਨੇ ਜੋ ਸੇਵਾ ਕਰਾਈ ਉਹ ਗੁਰੂ ਮਹਾਰਾਜ ਨੇ ਕਰਾਈ, ਅਸੀਂ ਇੱਥੇ ਬਲੈਕਲਿਸਟ ਹੋ ਕੇ ਬੈਠੇ ਹਾਂ, ਠੀਕ ਹੈ, ਅਸੀਂ ਆਪਦੇ ਟੱਬਰ ਨੂੰ ਨਹੀਂ ਮਿਲਣਾ। ਅੱਜ ਮੈਂ ਮਿਲਣ ਆਇਆ ਸੀ UK, ਮੇਰੀ ਮੰਮੀ ਦਾ ਸਟੇ ਸੀ ਮਾਤਾ ਜੀ ਦਾ ਇੱਥੇ, ਬੇਬੇ ਮੇਰੀ ਦਾ ਲੰਡਨ, ਅਤੇ ਇੱਥੇ ਵਾਲਿਆਂ ਨੇ ਸਿਰਫ ਆ ਜਿਹੜੇ ਮੇਰੇ ਚੱਕਰ ਕਰਕੇ ਅਤੇ ਮਾਤਾ ਸਾਡੀ ਨੂੰ ਏਅਰਪੋਰਟ ਤੋਂ ਬਾਹਰ ਨਹੀਂ ਆਉਣ ਦਿੱਤਾ, ਠੀਕ ਹੈ, ਮੈਂ ਇੱਥੇ ਮਿਲਣਾ 10 ਸਾਲਾਂ ਬਾਅਦ, ਮੈਂ ਉਮੀਦ ਲਈ ਸੀ ਵੀ ਸ਼ਾਇਦ ਇੱਥੇ ਸਟੇ ਹੋਊਗੀ, ਮੈਂ ਮਿਲੂੰਗਾ, ਅਤੇ ਉਹਨਾਂ ਨੇ ਮਾਤਾ ਨੂੰ ਸਾਡੀ ਨੂੰ ਬਾਹਰ ਨਹੀਂ ਆਉਣ ਦਿੱਤਾ ਏਅਰਪੋਰਟ ਦੇ ਉੱਤੋਂ, 10 ਘੰਟੇ ਦਾ ਸਟੇ ਸੀ, ਅਤੇ ਮਾਂ ਮੇਰੀ ਨੂੰ ਮੈਂ 10 ਸਾਲ ਮਿਲਿਆ ਨਹੀਂ, ਉਹ ਕੋਈ ਪਰਸਨਲ ਇਸ਼ੂ ਨਹੀਂ ਹੈਗਾ ਗਾ, ਕਿਉਂਕਿ ਅਸੀਂ ਆਵਾਜ਼ ਚੱਕ ਰਹੇ ਹਾਂ ਅਤੇ ਅਗਲਿਆਂ ਦੀ ਨਿਗਾਹ ਦੇ ਵਿੱਚ ਹੈਗੇ ਹਾਂ, ਉਹ ਸਾਨੂੰ ਲਿਖ ਕੇ ਵੀ ਦੇ ਰਹੇ ਨੇ ਵੀ ਹਰੇਕ ਵਾਰ ਜਦੋਂ ਵੀਜ਼ਾ ਅਪਲਾਈ ਕਰਦੇ ਹਾਂ ਕਨੇਡਾ ਨੇ ਦਿੱਤਾ, ਇੱਥੇ ਵਾਲਿਆਂ ਨੇ ਨਹੀਂ ਦਿੱਤਾ, ਕਿਉਂਕਿ ਇਹ ਰੌਲਾ ਜਿਹੜਾ ਮਸਲਾ ਚੱਲਦਾ, ਖੈਰ ਉਹ ਮੈਂ ਕਿਸੇ ਸਿਰ ਆਸਾਨ ਨਹੀਂ ਕਰ ਰਿਹਾ, ਮੈਂ ਸਿਰਫ ਇਹ ਗੱਲ ਦੱਸ ਰਿਹਾ, ਇਹ ਬੰਦਾ ਸਾਨੂੰ ਕਹਿੰਦਾ ਕਿ ਵੀ ਅਸੀਂ ਸਿੱਖੀ ਦਾ ਬੇੜਾ ਗਰਕ ਕਰਨ ਜਾ ਰਹੇ ਹਾਂ, ਹਮੇਸ਼ਾ ਅਸੀਂ ਉੱਥੇ ਖੜ੍ਹੇ ਹਾਂ ਜਿੱਥੇ ਸਿੱਖੀ ਦੀ ਗੱਲ ਆਉਂਦੀ ਆ। ਹੁਣ ਵੀ ਗੱਲ ਸੀ ਪੰਜਾਬ ਦੀ, ਪੰਜਾਬੀਅਤ ਦੀ, ਪੰਜਾਬੀ ਬੋਲੀ ਅਤੇ ਸਿੱਖੀ ਇੱਕ ਦੂਜੇ ਤੋਂ ਜਮ੍ਹਾਂ ਵੱਖਰੀਆਂ, ਐਂ ਨਹੀਂ, ਸਾਡੀ ਗੁਰਬਾਣੀ ਸਾਡਾ ਇਤਿਹਾਸ ਪੰਜਾਬੀ ਬੋਲੀ 'ਚ ਹੈ। ਜੇ ਇਹ ਗੱਲ 'ਤੇ ਕਹਿ ਰਿਹਾ ਕਿ ਮੈਨੂੰ ਪਤਾ ਨਹੀਂ, ਜੇ ਪਤਾ ਨਹੀਂ ਸੀ ਤਾਂ ਪਹਿਲਾਂ ਹੀ ਨਹੀਂ ਭਾਈ ਬੋਲਣਾ ਚਾਹੀਦਾ ਸੀ, ਮੈਂ ਕਿਉਂ ਫੋਨ ਕਰਾਂ ਕਿਸੇ ਨੂੰ? ਉਹ ਫੋਨ ਕਰਕੇ ਜਦੋਂ ਉਹਨੇ ਲਾਈਵ ਹੋਇਆ ਸੀ, ਉਹਨੇ ਸਾਡੇ ਨਾਲ ਸਲਾਹ ਕਰਕੇ ਲਾਈਵ ਹੋਇਆ ਸੀ, ਅੱਜ ਉਹ ਕਕਾਰ ਜਿਹੜੇ ਨੇ ਉਹਨੇ ਤਿਆਗਤੇ ਨੇ, ਅਤੇ ਉਹਦਾ ਵੀ ਭਾਂਡਾ ਸਾਡੇ ਸਿਰ ਭੰਨ ਰਿਹਾ ਕਿ ਵੀ ਇਹ ਬੰਦਿਆਂ ਦੇ ਕਰਕੇ ਕੀਤਾ। ਜਿੱਦਣ ਇਹਨੇ ਅੰਮ੍ਰਿਤ ਛਕਿਆ ਸੀ, ਉਸ ਦਿਨ ਤੋਂ ਫੇਸਬੁੱਕ ਦੇ ਉੱਤੇ ਬਾਹਰ ਵੀ ਇਹ ਬੰਦੇ ਦੀ ਸਪੋਰਟ ਦੇ ਵਿੱਚ ਖੜ੍ਹੇ ਹਾਂ, ਕਿਉਂਕਿ ਆਪਾਂ ਖੜ੍ਹੇ ਸੀਗੇ ਇਸ ਕਰਕੇ ਵੀ ਇਹ ਸਿੱਖ ਭਰਾ ਆਇਆ, ਆਪਾਂ ਕਦੇ ਜਿਤਾਇਆ ਨਹੀਂ ਕਿਸੇ ਨੂੰ। ਆ ਮੈਂ ਤੁਹਾਨੂੰ ਸਨੈਪਸ਼ੋਟ ਵੀ ਦਿਖਾਤਾ ਕਿ ਜਦੋਂ ਇਹ ਮਾਤਾ ਵਾਲੀਆਂ ਭੇਟਾਂ ਦੇ ਰੌਲਾ ਪਿਆ ਸੀਗਾ, ਮੈਂ ਉਦੋਂ ਵੀ ਖੜ੍ਹਾ ਸੀ ਨਾਲ ਇਹਦੇ 'ਤੇ, ਮੈਂ ਆਹ ਪੋਸਟ ਵੀ ਤੁਹਾਨੂੰ ਦਿਖਾਤੀ ਹੈ, ਇਹ ਹਾਲੇ ਵੀ ਮੇਰੀ ਫੇਸਬੁੱਕ ਦੇ ਉੱਤੇ ਪਈ ਹੈ ਵੀਡੀਓ, ਤੁਸੀਂ ਲੱਭ ਲਿਓ ਜਾ ਕੇ, ਇਹ ਮੈਂ ਸਨੈਪਸ਼ੋਟ ਲੈ ਕੇ ਦਿਖਾਈ ਹੈ 1 ਜੁਲਾਈ 2018 ਦੀ ਹੈ। TRP ਦੀ ਗੱਲ ਕਰਦਾ, TRP ਮੈਨੂੰ ਨਹੀਂ ਲੋੜ, ਮੋਦੀ ਨੂੰ ਪੁੱਛੀ ਅਵਤਾਰ ਸਿੰਘ ਖੰਡਾ ਕੌਣ ਹੈ, ਅਜੀਤ ਡਵਾਲ ਨੂੰ ਪੁੱਛੀ ਅਵਤਾਰ ਸਿੰਘ ਖੰਡਾ ਕੌਣ ਹੈ, ਪੰਜਾਬ ਦੇ ਮੰਤਰੀਆਂ ਸੰਤਰੀਆਂ ਨੂੰ ਪੁੱਛੀ ਅਵਤਾਰ ਸਿੰਘ ਖੰਡਾ ਕੌਣ ਹੈ, ਹੋ ਸਕਦਾ ਤੈਨੂੰ ਨਾ ਜਾਣਦੇ ਹੋਣ ਮੋਦੀ ਹੋਣੀ। TRP ਇਹ ਮਸਲਾ ਨਹੀਂ ਹੈਗਾ, ਜਿਹੜੀਆਂ ਤੇਰੇ ਸਿਰ ਨੂੰ TRP ਲੈਣੀ ਆ, ਤੈਨੂੰ ਤਾਂ ਬਾਈ ਜੀ ਕਹਿ ਕੇ ਉਹਦੇ ਵਿੱਚ ਮੈਂ ਗੱਲ ਕਰ ਰਿਹਾ, ਅਤੇ ਅੱਜ ਤੂੰ ਸਾਰਾ ਭਾਂਡਾ ਹੀ ਸਾਡੇ ਸਿਰ ਭੰਨ ਰਿਹਾ, ਤੇਰੇ ਨਾਲ ਕੋਈ ਵੈਰ ਵਿਰੋਧ ਨਹੀਂ, ਉਦਣ ਵੀ ਆਖਿਆ ਸੀ ਤੂੰ ਇਸ ਮਸਲੇ ਤੋਂ ਬਾਹਰ ਰਹਿ, ਜਦੋਂ ਤੇਰੇ ਨਾਲ ਕੋਈ ਰੌਲਾ ਹੀ ਨਹੀਂ ਹੈਗਾ। ਜੇ ਤੂੰ ਕਹਿ ਰਿਹਾ ਕਿ ਜਿਹੜੇ ਬੰਦੇ ਫੋਲੋ ਕਰਨ ਵਾਲੇ ਨੇ ਇਹਨਾਂ ਦੀ ਵੀਡੀਓ 'ਤੇ ਗਾਲਾਂ ਕੱਢਦੇ ਨੇ, ਅਤੇ ਤੇਰੇ ਵੀ ਫੋਲੋਅਰ ਗਾਲਾਂ ਕੱਢਦੇ ਨੇ, ਅਸੀਂ ਤਾਂ ਬੁਰਾ ਮਨਾਇਆ ਨਹੀਂ, ਅਸੀਂ ਤਾਂ ਕਕਾਰ ਤਿਆਗੇ ਨਹੀਂ। ਸੋ ਕਕਾਰ ਤਿਆਗਣਾ ਤੇਰੀ ਉਹ ਪਰਸਨਲ ਹੈ, ਹੋ ਸਕਦਾ ਹੈ, ਚੁਆਇਸ ਹੈ, ਉਹ ਧਰਮ ਤੁਸੀਂ ਕੋਈ ਵੀ ਅਪਣਾ ਸਕਦੇ ਹਾਂ, ਅਪਣਾਓ, ਕੋਈ ਛੱਡਣਾ ਛੱਡੋ, ਤੁਹਾਡੀ ਜ਼ਿੰਮੇਵਾਰੀ ਹੈ, ਤੁਹਾਡਾ ਆਪਦਾ ਨਿੱਜੀ ਫੈਸਲਾ, ਪਰ ਕਿਸੇ ਦੇ ਸਿਰ ਭਾਂਡਾ ਭੰਨਣ ਦੀ ਲੋੜ ਨਹੀਂ ਹੈਗੀ। ਸੋ ਮੈਂ ਆਹੀ ਦੋ ਗੱਲਾਂ ਖਾਸ ਤੌਰ 'ਤੇ, ਕਿਉਂਕਿ ਮੈਨੂੰ ਸਵੇਰ ਦੇ ਮੈਸੇਜ ਆ ਰਹੇ ਸੀ, ਮੈਂ ਇਹ ਦੋ ਗੱਲਾਂ ਕਲੀਅਰ ਕਰਾਂ। TRP ਵਾਲਾ ਮਸਲਾ ਤੁਹਾਨੂੰ ਦੱਸਦਾ, TRP ਦੀ ਸਾਨੂੰ ਲੋੜ ਨਹੀਂ, ਚੈਨਲ ਪਿਆ ਵਾ, ਜਿਹੜੇ ਮਰਜ਼ੀ ਚੈਨਲ 'ਤੇ ਜਦੋਂ ਮਰਜ਼ੀ ਜਾ ਕੇ ਕੱਢ ਜਾਈਏ, ਜਿੱਥੇ ਮਰਜ਼ੀ ਜੋ ਕਰ ਲਈਏ। ਅੱਜ ਤੱਕ ਕਈ ਗਾਣੇ ਬਣਾਏ ਨੇ, ਆਪਦੀ ਸ਼ਕਲ ਨਹੀਂ ਦਿਖਾਈ ਉਹਨਾਂ 'ਚ, ਕਿਉਂਕਿ ਅਸੀਂ ਉਹ ਗਾਣੇ ਬਣਾਏ ਨੇ ਸ਼ਹੀਦਾਂ ਸਿੰਘਾਂ ਨੂੰ ਸਮਰਪਿਤ, ਨਾ ਕਿ ਅਸੀਂ ਆਪਦੇ ਨੰਬਰ
ਟੀਆਰਪੀਆਂ ਬਹੁਤ ਜਦੋਂ ਜਿੱਥੇ ਮਰਜ਼ੀ ਲੈ ਸਕਦੇ ਹਾਂ। ਜਿੰਨੇ ਆਪਣੇ ਸੱਜਣ ਮਿੱਤਰ ਐਕਟਰ ਹੀਰੋ ਆਉਂਦੇ ਨੇ, ਕਦੇ ਨਹੀਂ ਉਹਨਾਂ ਨੂੰ ਕਿਹਾ ਕਿ ਆਪਦੇ ਨਾਲ ਫੇਸਬੁੱਕ 'ਤੇ ਆਪਦੇ ਇੰਸਟਾਗ੍ਰਾਮ 'ਤੇ ਫੋਟੋ ਪਾਓ, ਜੇ ਟੀਆਰਪੀਆਂ ਲੈਣੀਆਂ ਜਦੋਂ ਮਰਜ਼ੀ ਲੈ ਲਈਏ। ਸੋ ਗੱਲ ਇਹ ਹੈ, ਗੁਰਦਾਸ ਮਾਨ ਗਲਤ ਸੀ, ਹੈਗਾ, ਰਹੂਗਾ, ਅਤੇ ਉਹਦੀ ਹਮਾਇਤ ਕਰਨ ਵਾਲੇ ਵੀ ਗਲਤ ਰਹਿਣਗੇ। ਉਹ ਭਲਾ ਕੋਈ ਹੋਵੇ, ਸਕਾ ਮਾਸੀ ਦਾ ਪੁੱਤ ਹੋਵੇ, ਸਕੀ ਮਾਸੀ ਹੋਵੇ, ਸਕਾ ਮਾਮਾ ਹੋਵੇ, ਜਿਹੜਾ ਮਰਜ਼ੀ ਹੋਵੇ, ਭਲਾ ਸਕੀ ਭੈਣ ਭਰਾ ਹੀ ਕਿਉਂ ਨਾ ਹੁਣ, ਜਿਹੜਾ ਗਲਤ ਬੰਦੇ ਨੂੰ ਸਪੋਰਟ ਕਰੂ ਉਹ ਗਲਤ ਹੀ ਆ, ਭਲਾ ਉਹ ਅਸੀਂ ਵੀ ਹੈ। ਹੁਣ ਵੀ ਆਹ ਫੈਸਲਾ ਜਿਹੜਾ ਇਹ ਗੱਲ ਕਰ ਰਿਹਾ ਕਿ ਤਾਨੇ ਮੇਨੇ ਮਾਰ ਰਿਹਾ ਖਾਲਸਾ ਪੰਥ ਇਸ ਗੱਲ ਦੇ ਉੱਤੇ, ਪਹਿਲੀ ਗੱਲ ਤਾਂ ਸਾਰੇ ਸਮਝਦੇ ਇਸ ਗੱਲ ਨੂੰ, ਅੱਜ ਤੱਕ ਮੈਂ ਸਵੇਰ ਦੀਆਂ ਪੋਸਟਾਂ ਸਭ ਦੀਆਂ ਪੜ੍ਹ ਰਿਹਾ ਵਾਂ, ਹੈ ਨਾ। ਫਿਰ ਵੀ ਪੰਥ ਇਹ ਕਹਿੰਦਾ ਨਾ, ਬੈਠੇ ਕਮੇਟੀ ਬੈਠੇ ਜਦੋਂ ਮਰਜ਼ੀ ਬੈਠੇ, ਇਹਦੀ ਵੀਡੀਓ ਸੁਣਨ ਜਿਹਦੇ 'ਚ ਇਹ ਧਮਕੀਆਂ ਦਿੱਤੀਆਂ, ਇੱਥੇ ਸਾਡੀ ਵੀਡੀਓ ਸੁਣ ਲੈਣ ਮੈਂ ਇਹਨੂੰ ਕੀ ਕਿਹਾ। ਜਿਹੜੇ ਹੋਰ ਕਿਸੇ ਬੰਦੇ ਨੇ ਵੀ ਕੁਛ ਕਿਹਾ ਉਹਦਾ ਮੈਂ ਜ਼ਿੰਮੇਵਾਰ ਨਹੀਂ, ਉਹਨਾਂ ਦਾ ਤੂੰ ਮੇਰੇ ਸਿਰ ਕਿਵੇਂ ਲਾ ਰਿਹਾ ਇਲਜ਼ਾਮ। ਮੇਰੀ ਵੀਡੀਓ 'ਚ ਮੈਂ ਇਹਨੂੰ ਕਿਤੇ ਕੰਜਰ ਜਾਂ ਕੁਛ ਮਾੜਾ ਚੰਗਾ ਕਿਹਾ ਹੋਵੇ, ਉਹਦੇ ਬਾਰੇ ਮੇਰੇ ਨਾਲ ਇਹ ਜਵਾਬ ਦੇ ਆ, ਮੇਰੇ ਨਾਲ ਗੱਲ ਕਰ ਲਏ ਜਦੋਂ ਮਰਜ਼ੀ, ਉਹਦੇ ਬਾਰੇ ਜਿੱਥੇ ਮਰਜ਼ੀ, ਜਦੋਂ ਮਰਜ਼ੀ ਜਿਸੇ ਚੈਨਲ 'ਤੇ, ਕਿਸੇ ਰੇਡੀਓ 'ਤੇ, ਜਦੋਂ ਮਰਜ਼ੀ ਬੈਠ ਕੇ ਗੱਲ ਕਰ ਲਵੇ। ਮੈਂ ਇਹਨੂੰ ਕਿਸੇ ਵੀ ਉਸ ਵੀਡੀਓ ਦੇ ਵਿੱਚ ਜਾਂ ਫੇਸਬੁੱਕ 'ਤੇ ਨਾ ਕੰਜਰ ਕਿਹਾ ਇਹਨੂੰ, ਨਾ ਮੈਂ ਏਜੰਸੀਆਂ ਦਾ ਬੰਦਾ ਕਿਹਾ ਇਹਨੂੰ, ਨਾ ਨਚਾਰ ਜੋ ਵੀ ਪਤਾ ਨਹੀਂ ਕੀ ਕੀ ਗਾਲ ਕੱਢੀ ਹੈ, ਕੁਛ ਨਹੀਂ ਕਿਹਾ ਇਹਨੂੰ। ਐਵੇਂ ਹੁਣ ਜੋ ਮਰਜ਼ੀ ਸਿੰਪਥੀ ਲੈਣ ਲਈ ਕਹਿੰਦਾ ਰਹੇ, ਵਾਰ ਵਾਰ ਗੱਲ ਦੇ ਵਿੱਚ ਹਿੰਦੂ ਧਰਮ ਦੀ ਗੱਲ ਲੈ ਕੇ ਆ ਰਿਹਾ ਹੈਗਾ, ਉਹਦੀ ਤਾਂ ਗੱਲ ਹੀ ਨਹੀਂ ਹੈ ਕੋਈ ਹਿੰਦੂ ਧਰਮ ਦੀ। ਜਦੋਂ KTV ਦੇ ਉੱਤੇ ਗੱਲ ਹੋਈ ਸੀਗੀ ਉਦੋਂ ਮੈਂ ਇਹੀ ਗੱਲ ਕਹੀ, ਸਾਡੇ ਬੰਦੇ ਜ਼ਿਆਦਾ ਤੱਤੇ ਜ਼ਿਆਦਾ, ਅਤੇ ਇਹਨੇ ਮੈਨੂੰ ਇਹ ਵੀ ਕਹੀ ਸੀ ਕਿ ਮੇਰੀ ਇੱਕ ਹੋਰ ਪਤਾ ਨਹੀਂ ਕਿਸੇ ਡੇਰੇ ਦੇ ਉੱਤੇ ਬਾਬੇ ਦੇ ਮਸਤਾਂ ਦੇ ਉੱਤੇ ਵੀ ਉੱਥੇ ਵੀ ਕੈਸਟ ਰਿਕਾਰਡ ਹੋਈ ਵੀ, ਹਾਲੇ ਤਾਂ ਉਹਦਾ ਰੌਲਾ ਪੈਣਾ। ਇਹਨੇ ਆਪ ਮੈਨੂੰ ਗੱਲ ਕਹੀ ਸੀ ਵੀ ਇੱਕ ਕੈਸਟ ਰਿਕਾਰਡ ਹੋਈ ਵੀ ਪਤਾ ਨਹੀਂ ਕੰਪਨੀ ਕਦੋਂ ਕਰ ਲਵੇ। ਮੈਂ ਕਿਹਾ ਚੱਲ ਕੋਈ ਨਹੀਂ ਯਾਰ, ਬਹਿ ਕੇ ਮਸਲਾ ਹੱਲ ਹੋ ਜਾਂਦਾ ਤਾਂ ਕਰ ਲਿਓ ਗੱਲ ਬੈਠ ਕੇ। ਨਾਲੇ ਗੱਲ ਤਾਂ ਮੈਂ ਆਪ ਕੱਢ ਰਿਹਾ, ਮੈਂ ਆਪ ਦੱਸ ਰਿਹਾ ਪਿਛਲੀ ਵੀਡੀਓ 'ਚ ਵੀ ਸਾਡੇ ਸਟੂਡੀਓ ਆਇਆ ਸੀ, ਅਸੀਂ ਉੱਥੇ ਆਹ ਗੱਲ ਹੋਈ ਸੀਗੀ, ਅਤੇ ਇਹਨੇ ਧਮਕੀਆਂ ਦਿੱਤੀਆਂ ਸੀਗੀਆਂ, ਉਹਦਾ ਇਹਨੂੰ ਚੇਤੇ ਕਰਾਇਆ ਵੀ ਤੂੰ ਉਦੋਂ ਉੱਥੇ ਗਾਲ ਕੱਢਣੀ ਸੀ ਭਾਈ। ਸੋ ਮੇਰਾ ਬਸ ਲਾਈਵ ਹੋਣ ਦਾ ਆਹੀ ਕਾਰਨ ਸੀਗਾ, ਆਹੀ ਮੈਂ ਦੱਸਣਾ ਸੀ ਵੀ ਜਿਹੜੀਆਂ ਇਹ ਬੇਬੁਨਿਆਦੀ ਗੱਲਾਂ ਕਰ ਰਿਹਾ। ਬਾਕੀ ਤੁਸੀਂ ਵੀ ਸਾਰਿਆਂ ਨੇ ਉਹ ਵੀਡੀਓ ਸੁਣੀ ਹੈ, ਉਸਦਾ ਇਹਨੂੰ ਜ਼ਿਆਦਾ ਖਿਆ ਚੜ੍ਹੀ ਹੋਈ ਆ ਵੀ ਹਾਂ ਹਾਂ ਇਹ ਗੱਲ ਕਿਉਂ ਕਹੀ ਕਿ ਉੱਥੇ ਮਾਫ਼ੀ ਮੰਗ ਲਈ ਦਾ। ਵਾਰ ਵਾਰ ਉਹ ਗੱਲ ਨੂੰ ਲੈ ਕੇ ਆ ਰਿਹਾ, ਖਾਲਿਸਤਾਨ ਦੀਆਂ ਟੀਸ਼ਰਟਾਂ ਪਾਈਆਂ, ਖਾਲਿਸਤਾਨ ਦੀਆਂ ਟੀਸ਼ਰਟਾਂ ਪਾਈਆਂ, ਕਿਉਂ ਖਾਲਿਸਤਾਨੀ ਹੋਣਾ ਗੁਨਾਹ ਵਾ? ਅਸੀਂ ਤਾਂ ਮਾਨ ਸਨਮਾਨ ਨਾਲ ਕਹਿੰਦੇ ਹਾਂ ਖਾਲਿਸਤਾਨੀ ਆ, ਖਾਲਿਸਤਾਨੀ ਦੇ ਘਰੇ ਜੰਮੇ ਆ, ਸ਼ਾਇਦ ਪਿਛਲੇ ਜਨਮ ਦੇ ਕੋਈ ਮੋਤੀ ਪੁੰਨ ਕੀਤੇ ਉਹਨੇ ਜਿਹੜੇ ਖਾਲਿਸਤਾਨੀਆਂ ਦੇ ਘਰੇ ਜੰਮੇ ਆ, ਜਿਹੜੀ ਅਕਲਮਤ ਮਾੜੀ ਮੋਟੀ ਗੁਰੂ ਮਹਾਰਾਜ ਨੇ ਬਖਸ਼ੀ ਆ। ਲੋਕ ਜਿਹੜੇ ਕਹਿੰਦਾ ਸਾਡੇ ਕਰਕੇ ਟੁੱਟ ਨਹੀਂ ਰਹੇ ਹੋਣਗੇ, ਉਹ ਜੁੜ ਰਹੇ ਹੋਣਗੇ। ਜਦੋਂ ਉਹਨਾਂ ਨੂੰ ਪਤਾ ਲੱਗਦਾ, ਜਦੋਂ ਤੁਸੀਂ ਗੱਲ ਕਰਦੇ ਨਾ ਕਿਤੇ ਚੈਨਲ 'ਤੇ, ਕਿਤੇ ਬਹਿ ਕੇ ਕਿਸੇ ਸ਼ਹੀਦ ਸਿੰਘ ਦੀ, ਉਹਦੀ ਹਿਸਟਰੀ ਦੀ, ਅਤੇ ਨੌਜਵਾਨਾਂ ਦੇ ਮੈਸੇਜ ਆਉਂਦੇ ਨੇ ਵੀ ਭਾਅ ਜੀ ਆਹ ਤਾਂ ਪਹਿਲੀ ਗੱਲ ਸੁਣੀ ਹੈ, ਇਹਨਾਂ ਦੀ ਤਾਂ ਕੋਈ ਗੱਲ ਹੀ ਨਹੀਂ ਸੁਣਾ ਕੇ ਰਾਜੀ ਸਾਡੇ ਯੋਧਿਆਂ ਬਾਰੇ। ਜਦੋਂ ਉੱਥੇ ਗੱਲ ਕਰਦੇ ਨਾ ਸੰਤ ਜਰਨੈਲ ਸਿੰਘ ਹੋਣਾ ਦੀ, ਕਿ ਸੰਤ ਜਰਨੈਲ ਸਿੰਘ ਹੋਣਾ ਨੇ ਕਿਵੇਂ ਬੰਦਿਆਂ ਨੂੰ ਸਿੱਧੇ ਡੰਡੇ ਦੇ ਨਾਲ ਅਤੇ ਪਿਆਰ ਦੇ ਨਾਲ ਕਿਵੇਂ ਲੋਡ ਕੀਤੇ, ਉਦੋਂ ਨੌਜਵਾਨਾਂ ਨੂੰ ਪਤਾ ਲੱਗਦਾ ਵੀ ਹਾਂ ਬਾਈ ਜੀ ਇਹ ਤਾਂ ਗੱਲ ਸਾਨੂੰ ਪਤਾ ਹੀ ਨਹੀਂ ਲੱਗਦੀ ਸੀ। ਇਹ ਹਿੰਦੂ ਸਿੱਖ ਦਾ ਮਸਲਾ ਵਿੱਚ ਜਾਣ ਕੇ ਸਿੰਪਥੀ ਲੈਣ ਨੂੰ ਲੈ ਰਿਹਾ, ਅਤੇ ਮੈਨੂੰ ਲੱਗਦਾ ਹੋਰ ਕਿਉਂਕਿ ਹੁਣ ਕੋਈ ਰਾਹ ਵੀ ਹੈ ਨਹੀਂ। ਸੋ ਆਹ ਵੀਡੀਓ ਮੈਂ ਤਾਂ ਹੀ ਪਾਉਣੀ ਸੀ ਕਿਉਂਕਿ ਇਹ ਅੱਜ ਸਵੇਰ ਦਾ ਚੈਨਲ ਦੇ ਉੱਤੇ ਮੇਰਾ ਨਾਂ ਲਈ ਜਾ ਰਿਹਾ ਸੀ, ਲਈ ਜਾ ਰਿਹਾ ਸੀ ਕਿ ਵੀ ਮੈਨੂੰ ਐਂ ਕਿਤਾ ਇਹ ਕਹਿਤਾ, ਮੈਂ ਇਹਨੂੰ ਇਹੋ ਜਿਹਾ ਤਾਂ ਕੁਛ ਆਖਿਆ ਹੀ ਨਹੀਂ ਹੈਗਾ ਗਾ ਜਿਹੜੀਆਂ ਇਹ ਗੱਲਾਂ ਕਹਿ ਰਿਹਾ। ਤੁਸੀਂ ਉਹ ਵੀਡੀਓ ਵੀ ਵੇਖੀ ਹੋਣੀ, ਨਾ ਤਾਂ ਮੈਂ ਇਹਨੂੰ ਕਿਤੇ ਵੀ ਏਜੰਸੀਆਂ ਦਾ ਬੰਦਾ ਕੰਜਰ ਜਾਂ ਇਹੋ ਜਿਹਾ ਕੁਛ ਆਖਿਆ ਹੀ ਨਹੀਂ। ਬੇਬੁਨਿਆਦ ਗੱਲਾਂ ਜੋ ਕਰਦਾ ਇਹਨੂੰ ਕਹੀ ਜਾਵੇ, ਉਹਦੀ ਕੋਈ ਆਪਾਂ ਨੂੰ ਪਰਵਾਹ ਹੀ ਹੈ ਨਹੀਂ ਗੀ। ਸੋ ਗੁਰਦਾਸ ਮਾਨ ਦੇ ਬਾਰੇ ਇਹਨੇ ਇਹਨੂੰ ਇਹ ਗੱਲ ਤਾਂ ਚੁੱਭ ਗਈ, ਗੁਰਦਾਸ ਮਾਨ ਨੇ ਜਦੋਂ ਜਿਹੜੀਆਂ ਗੁਰਬਾਣੀ ਦੀਆਂ ਪੰਕਤੀਆਂ ਬਦਲਤੀਆਂ ਓਮ ਨਮਃ ਸ਼ਿਵਾਏ ਵਿੱਚ ਵਾੜਤਾ, ਉਹ ਜਦੋਂ ਉੱਥੇ ਸਟੇਜ ਦੇ ਉੱਤੇ ਖੜ ਕੇ ਸ਼ਬਦ ਪੜ੍ਹ ਰਿਹਾ ਦੇ ਸ਼ਿਵਾ ਵਰਮੋਹੇ, ਉਹਦੇ ਵਿੱਚ ਹੋਰ ਪੰਕਤੀਆਂ ਨੇ, ਜਦੋਂ ਪੰਕਤੀਆਂ ਸਿੱਧੂ ਬਦਲਦਾ ਉਹਨੂੰ ਵੀ ਸਜ਼ਾ ਲੱਗਦੀ ਹੈ, ਜਦੋਂ ਪੰਕਤੀਆਂ ਮਜੀਠੀਆ ਬਦਲਦਾ ਉਹਨੂੰ ਸਜ਼ਾ ਲੱਗਦੀ ਹੈ। ਗੁਰਦਾਸ ਮਾਨ ਇਹਨਾਂ ਸਾਰਿਆਂ ਦੇ ਉੱਤੇ ਹੋ ਗਿਆ। ਜੇ ਗੁਰਦਾਸ ਮਾਨ ਦੀ ਗਲਤੀ ਮੰਨੇ ਆ ਕਿ ਇਹ ਐਵੇਂ ਉਹਦਾ ਬਣਿਆ ਹੋਇਆ ਸੀਗਾ ਕਿ ਹਾਂਜੀ ਹਾਂ ਗੁਰਦਾਸ ਭਾਅ ਜੀ ਨੇ ਸਹੀ ਕੀਤਾ, ਇਹ ਕੀਤਾ ਜੀ ਕਿਤੇ, ਜਦੋਂ ਤੈਨੂੰ ਤੇਰੀ ਗੱਲ 'ਚ ਜਵਾਬ ਦਿੱਤਾ ਤਾਂ ਹੁਣ ਤੂੰ ਉਸ ਗੱਲ ਨੂੰ ਹੋਰ ਪਾਸੇ ਲੈ ਜਾ ਰਿਹਾ। ਜਿੱਥੇ ਮਰਜ਼ੀ ਜਾਓ, ਜਿਹਦਾ ਮਰਜ਼ੀ ਗਾਓ, ਜਿਹਦਾ ਮਰਜ਼ੀ ਗੁਣਗਾਨ ਕਰੋ, ਤੁਹਾਨੂੰ ਰੋਕਿਆ ਕੀ ਨੇ ਆ? ਮੈਂ ਤਾਂ ਅੱਜ ਤੱਕ ਕਦੇ ਨਹੀਂ ਰੋਕਿਆ, ਮੈਂ ਤਾਂ ਉਦੋਂ ਵੀ ਆ ਤੁਹਾਨੂੰ ਦਿਖਾਤੀ ਆ ਪੋਸਟ, ਇਹਦੀ ਸਪੋਰਟ ਉਦੋਂ ਵੀ ਕੀਤੀ ਵੀ ਕੋਈ ਨਹੀਂ ਆਪਣਾ ਬੰਦਾ ਹੈ, ਭਰਾ ਹੀ ਆ ਯਾਰ, ਕੋਈ ਚੱਕਰ ਨਹੀਂ। ਜਿਹੜੇ ਖੜਕੇ ਦੜਕੇ ਵਾਲੇ ਸਿੰਘ ਉਹਨਾਂ ਨੂੰ ਤਾਂ ਲੋੜ ਹੈ, ਕੌਮ ਨੂੰ ਲੋੜ ਹੈ ਇਹੋ ਜਿਹੇ ਲੋਕਾਂ ਦੀ ਜਿਹੜੇ ਮਾੜਾ ਜਿਹਾ ਡਟ ਕੇ ਗੱਲ ਕਰ ਸਕਣ। ਪਰ ਇਹ ਥੋੜ੍ਹੀ ਹੁਣ ਜੇ ਤੁਸੀਂ ਕਰਨਾ ਹੀ ਨਹੀਂ ਕੁਛ ਤਾਂ ਉੱਤੋਂ ਕੌਮ ਦੀਆਂ ਜੜ੍ਹਾਂ 'ਚ ਹੀ ਦਾਤੀ ਫੇਰਨ ਲੱਗ ਜਾਓ, ਉਹ ਬੰਦਿਆਂ ਦੇ ਨਾਲ ਖੜੋ ਜਿਹੜੇ ਪੰਜਾਬ ਵਿਰੋਧੀ ਨੇ, ਦੇਸ਼ ਵਿਰੋਧੀ ਨੇ, ਪੰਜਾਬ ਦਾ ਲੁੱਟ ਕੇ ਖਾਣ ਵਾਲਿਆਂ ਦੇ ਨਾਲ ਖੜੋ, ਪੰਜਾਬੀ ਬੋਲੀ ਦਾ ਵਿਰੋਧ ਕਰਨ ਵਾਲਿਆਂ ਦੇ ਨਾਲ ਖੜੋ। ਸੋ ਵੀਡੀਓ ਬਾਹਲੀ ਲੰਮੀ ਤਾਂ ਲਿਜਾਣੀ ਨਹੀਂ, ਬਸ ਇੱਥੇ ਸੀਗਾ ਕਿ ਵੀ ਜੋ ਇਹਦਾ ਕਕਾਰ ਤਿਆਗੇ ਨੇ, ਇਹਦਾ ਦੇਣਦਾਰ ਤੂੰ ਹੈ ਭਾਈ, ਕੋਈ ਹੋਰ ਨਹੀਂ ਹੈਗਾ।
ਕਿਸੇ ਸਿਰ ਵੀ ਇਸ ਗੱਲ ਦੀ ਭਾਂਡਾ ਭੰਨਣ ਦੀ ਲੋੜ ਨਹੀਂ। ਅਤੇ ਜਦੋਂ ਮਰਜ਼ੀ ਕਿਸੇ ਵੀ ਚੈਨਲ 'ਤੇ ਟੀ ਵੀ 'ਤੇ ਜਦੋਂ ਮਰਜ਼ੀ ਇਸ ਵਿਸ਼ੇ 'ਤੇ ਗੱਲ ਕਰ ਸਕਦਾ ਕਿ ਪ੍ਰੂਵ ਕਰ ਦੇਵੇ ਕਿ ਇਹਨੂੰ ਮੈਂ ਇਹ ਗੱਲਾਂ ਕਹੀਆਂ ਜਿਹੜੀਆਂ ਚੈਨਲ 'ਤੇ ਕਹਿ ਰਿਹਾ ਕਿ ਮੈਂ ਇਹਨੂੰ ਏਜੰਸੀਆਂ ਦਾ ਬੰਦਾ ਕਿਹਾ ਜਾਂ ਗਾਲਾਂ ਕੱਢੀਆਂ, ਪ੍ਰੂਵ ਕਰ ਦੇਵੇ ਵੀ ਕਿੱਥੇ ਗਾਲ ਕੱਢੀਆਂ। ਮੈਂ ਤਾਂ ਤੁਹਾਨੂੰ ਪ੍ਰੂਵ ਕਰਤਾ ਕਿ ਮੈਂ ਇਹਨੂੰ ਸਪੋਰਟ ਕੀਤੀ ਆ, ਮੈਂ ਤੁਹਾਨੂੰ ਉਹ ਸਨੈਪਸ਼ੋਟ ਦਿਖਾਤਾ 2018 ਦਾ ਕਿ ਇਹਦੇ ਹੱਕ ਦੇ ਵਿੱਚ ਪਾਈ ਸੀ। ਹੋਰ ਵੀ ਪੁਰਾਣੇ ਨਿਕਲੇ ਤਾਂ ਮੈਂ ਤੁਹਾਨੂੰ ਦਿਖਾਊਂਗਾ। ਜਿਸ ਦਿਨ ਦਰਬਾਰ ਸਾਹਿਬ ਦੇ ਉੱਤੋਂ ਇਹ ਅੰਮ੍ਰਿਤ ਛੱਕ ਕੇ ਨਿਕਲਿਆ ਸੀ ਉਸ ਦਿਨ ਮੈਂ ਲਿਖਿਆ ਗਿਆ ਵੀ ਕੇ ਐਸ ਮੱਖਣ ਤੋਂ ਗੁਰੂ ਮਹਾਰਾਜ ਨੇ ਕੀਤੀ, ਅੱਜ ਕੁਲਦੀਪ ਸਿੰਘ ਖਾਲਸਾ ਬਣ ਗਿਆ ਅਤੇ ਸਾਡੇ ਪੰਥ ਦਾ ਹਿੱਸਾ ਬਣ ਗਿਆ। ਅਤੇ ਇਹਨੇ ਬਾਬਾ ਮੋਰਾਂ ਵਾਲੀਏ ਦੇ ਨਾਲ ਉਦੋਂ ਗਾਣਾ ਕੱਢਿਆ ਸੀ ਇੱਕ ਵਾਰੀ ਫਿਰ ਭੇਜ ਮਾਲਕਾ ਭਿੰਡਰਾਂ ਵਾਲਾ ਸ਼ੇਰ, ਉਹ ਗਾਣਾ ਇਹਦਾ ਤਾਂ ਹੀ ਚੱਲ ਰਿਹਾ। ਹਰੇਕ ਨੌਜਵਾਨ ਕਹਿੰਦਾ ਭਿੰਡਰਾਂ ਵਾਲਾ ਸ਼ੇਰ ਨੂੰ ਭੇਜ, ਕਿਉਂਕਿ ਸਿੱਖੀ ਦੇ ਨਾਲ ਜੁੜ ਰਹੇ ਨੇ। ਉਹ ਕਿਉਂ ਜੁੜ ਰਹੇ ਨੇ? ਕਿਉਂਕਿ ਇਹਦਾ ਗਾਣਾ ਚੈਨਲਾਂ ਰਾਹੀਂ ਅਸੀਂ ਚਲਾਇਆ, ਫੇਸਬੁੱਕ ਰਾਹੀਂ ਅਸੀਂ ਚਲਾਇਆ। ਜਦੋਂ ਕਿਤੇ ਸੰਤ ਜਰਨੈਲ ਸਿੰਘ ਉਹਨਾਂ ਦਾ ਸ਼ਹੀਦੀ ਦਿਹਾੜਾ ਆਉਂਦਾ, ਜਨਮ ਦਿਹਾੜਾ ਆਉਂਦਾ, ਉਦੋਂ ਇਹਦਾ ਗਾਣਾ ਚਲਾਈਦਾ। ਇੰਸਟਾਗ੍ਰਾਮ 'ਤੇ ਕੋਈ ਪੋਸਟ ਪਵੇ ਗਾਣਾ ਚਲਾਈਦਾ। ਇਹ ਤਾਂ ਉਦੋਂ ਕੱਢ ਕੇ ਬਹਿ ਗਿਆ ਸੀ, ਹੈ ਹੋ ਸਕਦਾ ਉਦੋਂ ਮਗਰੋਂ ਇਹਨੇ ਗਾਇਆ ਵੀ ਨਾ ਹੋਵੇ ਜਿੰਨੀ ਵਾਰ ਅਸੀਂ ਸ਼ੇਅਰ ਕੀਤਾ। ਚੰਗੇ ਕੰਮ ਨੂੰ ਹਮੇਸ਼ਾ ਸਪੋਰਟ ਕੀਤੀ ਹੈ, ਸਪੋਰਟ ਕਰਦੇ ਰਹਾਂਗੇ। ਅਤੇ ਬਾਕੀ ਜਿਹੜੀ ਤੂੰ ਕੀਤਾ ਉਹ ਤੇਰਾ ਆਪਦਾ ਪਰਸਨਲ ਚੁਆਇਸ ਹੈ ਅਤੇ ਕਿਸੇ ਹੋਰ ਸਿਰ ਭਾਂਡਾ ਭੰਨਣ ਦੀ ਉਹਦੀ ਬਾਈ ਲੋੜ ਨਹੀਂ ਹੈਗੀ। ਕੇਐਸ ਮੱਖਣ ਵੱਲੋਂ ਗੁੱਸੇ 'ਚ ਲਏ ਇਸ ਫੈਸਲੇ ਨੇ ਉਸਦੀਆਂ ਮੁਸ਼ਕਲਾਂ 'ਚ ਹੋਰ ਵੀ ਵਾਧਾ ਕਰ ਦਿੱਤਾ। ਲੋਕਾਂ ਤੇ ਸਿੰਘਾਂ ਵੱਲੋਂ ਕੇਐਸ ਮੱਖਣ ਦੇ ਕਾਰ ਤਿਆਗਣ ਦੀ ਨਿੰਦਿਆ ਕੀਤੀ ਜਾ ਰਹੀ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬ। ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬ ਤੇ ਪ੍ਰੈਸ ਕਰੋ ਬੈਲ ਆਈਕਨ।